ਸ਼ਿੰਦਾ ਸ਼ਿੰਦਾ ਨੋ ਪਾਪਾ ਫਿਲਮ ਵਿੱਚੋਂ ਪ੍ਰਿੰਸ ਕਵਲਜੀਤ ਸਿੰਘ ਦੀ ਲੁੱਕ ਹੋਈ ਰਿਵੀਲ। ਜੀ ਹਾਂ, ਰੀਸੈਂਟਲੀ ਸ਼ਿੰਦਾ ਸ਼ਿੰਦਾ ਨੋ ਪਾਪਾ ਫਿਲਮ ਦੇ ਵਿੱਚੋਂ ਪ੍ਰਿੰਸ ਕਵਲਜੀਤ ਸਿੰਘ ਦੀ ਲੁੱਕ ਰਿਵੀਲ ਹੋ ਚੁੱਕੀ ਹੈ। ਤੇ ਵੀ ਦੱਸ ਦਈਏ ਕਿ ਪ੍ਰਿੰਸ ਕਵਲਜੀਤ ਸਿੰਘ ਇਸ ਫਿਲਮ ਦੇ ਵਿੱਚ ਨਿਭਾਉਣ ਵਾਲੇ ਨੇ ਮੱਖਣ ਦਾ ਕੈਰੈਕਟਰ। ਇਸ ਦੀ ਲੁੱਕ ਰੀਸੈਂਟਲੀ ਰਿਵੀਲ ਕਰ ਦਿੱਤੀ ਗਈ ਹੈ। ਤੇ ਜੇਕਰ ਅਸੀਂ ਇਸ ਪੋਸਟਰ ਦੀ ਗੱਲ ਕਰੀਏ ਤੇ ਇਸ ਦੇ ਵਿੱਚ ਪ੍ਰਿੰਸ ਕਵਲਜੀਤ ਸਿੰਘ ਦਾ ਇੱਕ ਅਨਸੀਨ ਅਵਤਾਰ ਵੇਖਣ ਨੂੰ ਮਿਲ ਰਿਹਾ ਹੈ। ਵੈਸੇ ਪ੍ਰਿੰਸ ਕਵਲਜੀਤ ਸਿੰਘ ਨੂੰ ਅਸੀਂ ਅਲੱਗ ਕਿਰਦਾਰਾਂ ਦੇ ਵਿੱਚ ਵੇਖਿਆ। ਉਹਨਾਂ ਨੇ ਸੋਫਟ ਰੋਲਸ ਕਾਫੀ ਘੱਟ ਪਲੇ ਕੀਤੇ ਨੇ। ਪ੍ਰਿੰਸ ਕਵਲਜੀਤ ਸਿੰਘ ਨੂੰ ਅਸੀਂ ਹਮੇਸ਼ਾ ਹੀ ਐਕਸ਼ਨ ਜਾਂ ਫਿਰ ਸਸਪੈਂਸ ਥ੍ਰਿਲਰ ਮੂਵੀਜ਼ ਦੇ ਵਿੱਚ ਵੇਖਿਆ। ਵੈਲ, ਇਸ ਕਾਮੇਡੀ ਫਿਲਮ ਦੇ ਵਿੱਚ ਸਾਨੂੰ ਪ੍ਰਿੰਸ ਕਵਲਜੀਤ ਸਿੰਘ ਇੱਕ ਸਾਦੇ ਜਿਹੇ ਇਨਸਾਨ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣ ਵਾਲੇ ਨੇ। ਤੇ ਉਹਨਾਂ ਦੀ ਲੁੱਕ ਨੂੰ ਵੇਖ ਕੇ, ਉਹਨਾਂ ਦੇ ਇਸ ਕੋਸਟਿਊਮ ਨੂੰ ਵੇਖ ਕੇ ਲੱਗ ਰਿਹਾ ਕਿ ਇਸ ਵਾਰ ਉਹ ਇੱਕ ਸਾਦੇ ਜਿਹੇ ਵਿਅਕਤੀ ਦਾ ਕੈਰੈਕਟਰ ਪਲੇ ਕਰਨ ਵਾਲੇ ਨੇ। ਵੈਲ, ਇਸ ਦੇ ਵਿੱਚ ਵੀ ਪ੍ਰਿੰਸ ਕਵਲਜੀਤ ਸਿੰਘ ਕਾਫੀ ਜ਼ਿਆਦਾ ਪਰਫੈਕਟ ਲੱਗ ਰਹੇ ਨੇ, ਕਿਉਂਕਿ ਉਹਨਾਂ ਦੀ ਐਕਟਿੰਗ ਦੇ ਵਿੱਚ ਕਾਫੀ ਜ਼ਿਆਦਾ ਐਕਸਪਰਟੀਜ਼ ਹੈ, ਜਿਸ ਕਰਕੇ ਪ੍ਰਿੰਸ ਕਵਲਜੀਤ ਸਿੰਘ ਕਿਸੇ ਵੀ ਕਿਰਦਾਰ ਨੂੰ ਕਾਫੀ ਈਜ਼ੀਲੀ ਅਡੈਪਟ ਕਰ ਲੈਂਦੇ ਨੇ, ਕਾਫੀ ਈਜ਼ੀਲੀ ਪਲੇ ਵੀ ਕਰ ਲੈਂਦੇ ਨੇ। ਸੋ ਪ੍ਰਿੰਸ ਕਵਲਜੀਤ ਸਿੰਘ ਦੀ ਇਹ ਲੁੱਕ ਵੀ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਆ ਰਹੀ ਹੈ। ਵੈਲ, ਹੁਣ ਲੋਕ ਐਕਸਾਈਟਿਡ ਨੇ ਇਸ ਫਿਲਮ ਨੂੰ ਸਿਨੇਮਾ ਘਰਾਂ ਦੇ ਵਿੱਚ ਵੇਖਣ ਦੇ ਲਈ, ਯਾਨੀ ਕਿ ਸ਼ਿੰਦਾ ਸ਼ਿੰਦਾ ਨੋ ਪਾਪਾ ਫਿਲਮ ਨੂੰ ਸਿਨੇਮਾ ਸਕਰੀਨਸ ਦੇ ਵਿੱਚ ਵੇਖਣ ਦੇ ਲਈ। ਜੇਕਰ ਸ਼ਿੰਦਾ ਸ਼ਿੰਦਾ ਨੋ ਪਾਪਾ ਫਿਲਮ ਦੇ ਕ੍ਰੈਡਿਟਸ ਦੀ ਗੱਲ ਕਰੀਏ ਤੇ ਇਸ ਫਿਲਮ ਦੇ ਵਿੱਚ ਸਾਨੂੰ ਨਜ਼ਰ ਆਉਣ ਵਾਲੇ ਨੇ ਗਿੱਪੀ ਗਰੇਵਾਲ, ਹੀਨਾ ਖਾਨ ਤੇ ਸ਼ਿੰਦਾ ਗਰੇਵਾਲ ਮੇਨ ਲੀਡ ਪਲੇ ਕਰਦੇ ਹੋਏ। ਇਹ ਫਿਲਮ ਦੀ ਕਹਾਣੀ ਇੱਕ ਫਾਦਰ ਸਨ ਦੇ ਬੌਂਡ ਨੂੰ ਤਾਂ ਦਿਖਾਉਣੀ ਵਾਲੀ ਹੈ, ਨਾਲ ਹੀ ਪੇਰੈਂਟਿੰਗ ਦੇ ਬਾਰੇ ਵੀ ਕਾਫੀ ਸਾਰੀਆਂ ਚੀਜ਼ਾਂ ਦਿਖਾਏਗੀ। ਤੇ ਇਸ ਦੇ ਨਾਲ ਹੀ ਸਾਨੂੰ ਇਸ ਫਿਲਮ ਦੇ ਵਿੱਚ ਇੱਕ ਸ਼ਰਾਰਤੀ ਬੱਚਾ ਵੇਖਣ ਨੂੰ ਮਿਲੇਗਾ, ਜੋ ਕਿ ਆਪਣੇ ਪਾਪਾ ਦੀ ਗੱਲ ਨੂੰ ਹਮੇਸ਼ਾ ਨੋ ਕਹਿੰਦਾ, ਯਾਨੀ ਕਿ ਨੋ ਪਾਪਾ ਕਹਿ ਦਿੰਦਾ। ਸ਼ਿੰਦੇ ਦੀ ਕਹਾਣੀ ਵੇਖਣ ਨੂੰ ਮਿਲੇਗੀ, ਜਿਸਦਾ ਕੈਰੈਕਟਰ ਵੀ ਸ਼ਿੰਦੇ ਦੇ ਵੱਲੋਂ ਹੀ ਪਲੇ ਕੀਤਾ ਗਿਆ। ਸੋ ਹੁਣ ਵੇਖਦੇ ਹਾਂ ਕਿ ਇਸ ਕਿਰਦਾਰ ਨੂੰ ਕਿੰਨਾ ਪਿਆਰ ਮਿਲਦਾ, ਉਹਨਾਂ ਦੇ ਨਟਖਟ ਅੰਦਾਜ਼ ਲੋਕਾਂ ਨੂੰ ਕਾਫੀ ਇੰਪ੍ਰੈਸ ਕਰ ਰਿਹਾ। ਦੱਸ ਦਈਏ ਕਿ ਫਿਲਮ ਦੇ ਵਿੱਚ ਸਾਨੂੰ ਗਿੱਪੀ ਗਰੇਵਾਲ, ਹੀਨਾ ਖਾਨ ਤੇ ਸ਼ਿੰਦਾ ਗਰੇਵਾਲ ਤੋਂ ਇਲਾਵਾ ਪ੍ਰਿੰਸ ਕਵਲਜੀਤ ਸਿੰਘ, ਜਸਵਿੰਦਰ ਭੱਲਾ, ਰਘਵੀਰ ਬੋਲੀ, ਨਿਰਮਲ ਰਿਸ਼ੀ, ਹਰਦੀਪ ਗਿੱਲ, ਸੀਮਾ ਕੌਸ਼ਲ ਤੇ ਹੋਰ ਕਈ ਸਾਰੇ ਆਰਟਿਸਟ ਨਜ਼ਰ ਆਉਣ ਵਾਲੇ ਨੇ। ਦੱਸ ਦਈਏ ਕਿ ਇਸ ਫਿਲਮ ਦੀ ਕਹਾਣੀ ਨੂੰ ਲਿਖਿਆ ਗਿਆ ਹੈ ਨਰੇਸ਼ ਕਠੂਰੀਆ ਦੇ ਵੱਲੋਂ, ਜੋ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਕਾਮੇਡੀ ਫਿਲਮਾਂ ਲਿਖਣ ਲਈ ਜਾਣੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਅਮਰਪ੍ਰੀਤ ਜੀ ਐਸ ਛਾਬੜਾ ਦੇ ਵੱਲੋਂ। ਤੇ ਦੱਸ ਦਈਏ ਕਿ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ, ਵਿਕਰਮ ਮਹਿਰਾ ਐਂਡ ਸਿਧਾਰਥ ਆਨੰਦ ਕੁਮਾਰ, ਯਾਨੀ ਕਿ ਇਹ ਫਿਲਮ ਨੂੰ ਪ੍ਰੈਜ਼ੈਂਟ ਕਰ ਰਹੇ ਨੇ ਸਾਰੇਗਾਮਾ ਐਂਡ ਹੰਬਲ ਮੋਸ਼ਨ ਪਿਕਚਰਸ। ਸੋ ਇਸ ਫਿਲਮ ਲਈ ਕਿੰਨੇ ਐਕਸਾਈਟਿਡ ਹੋ ਜੋ 10 ਮਈ ਨੂੰ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇ ਰਹੀ ਹੈ, ਕਮੈਂਟ ਕਰਕੇ ਜ਼ਰੂਰ ਦੱਸਣਾ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਹ ਨਹੀਂ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।